ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਅਤੇ ਅੱਜ ਦਾ ਦਿਨ ਅਸੀਂ ਸਟਾਰਟ ਕਰ ਰਹੇ ਹਾਂ ਫਰੋਮ 11 ਵਜੇ ਤੋਂ। ਹਮ ਅੱਜ ਲੇਟ ਉੱਠੇ ਹੈ ਬਿਕੋਜ਼ ਆਫ ਸੰਡੇ। ਤੋ ਅਭੀ ਕੁਛ ਪਲੈਨ ਨਹੀਂ ਹੈ, ਅੱਜ ਕਿਆ ਕਰਨਾ ਹੈ ਕਿਆ ਨਹੀਂ ਜੋ ਹੋਏਗਾ ਆਪਕੋ ਦਿਖਾਏਂਗੇ। ਪ੍ਰੀ ਪਲੈਨ ਪਹਿਲੇ ਮੈਂ ਕੁਛ ਨਹੀਂ ਬੋਲਤੀ, ਬਾਕੀ ਇੱਕ ਦੋ ਕਾਮ ਹੈ ਮਾਰਕੀਟ ਮੇਂ, ਵੋ ਦੇਖਤੇ ਹੈ ਪਹਿਲੇ, ਔਰ ਉਸਕੇ ਬਾਅਦ ਗੁਰਦੁਆਰਾ ਸਾਹਿਬ ਦੇਖੇਂਗੇ, ਜਾਂ ਫਿਰ ਪਹਿਲੇ ਗੁਰਦੁਆਰਾ ਸਾਹਿਬ ਉਸਕੇ ਬਾਅਦ ਮਾਰਕੀਟ, ਜੋ ਹੋਏਗਾ ਮਤਲਬ ਆਪਕੋ ਦਿਖਾਏਂਗੇ ਕਿਆ ਹੋ ਰਿਹਾ। ਸੋ ਕੀਪ ਵਾਚਿੰਗ ਗਾਈਜ਼, ਸਟੇ ਟਿਊਨਡ। ਦੇਖ ਸੋ ਗਾਈਜ਼, ਅਬ ਹਮ ਤਿਆਰ ਹੋ ਕੇ ਅਬ ਨਿਕਲੇ ਹੈ, ਉੱਠੇ ਵੀ ਲੇਟ ਥੇ ਕਿਉਂਕਿ ਸੰਡੇ ਥਾ, ਤੋ ਤਿਆਰ ਹੋਤੇ ਹੋਤੇ ਵੋ ਹੀ ਟਾਈਮ ਹੋ ਗਿਆ, ਆਫਟਰਨੂਨ ਕਾ ਟਾਈਮ ਚੱਲ ਰਿਹਾ ਹੈ। ਤੋ ਅਭੀ ਹਮ ਵੇਟ ਕਰ ਰਹੇ ਹੈ ਮੰਮਾ ਕੀ, ਮੰਮਾ ਨੇ ਪਾਰਲਰ ਜਾਣਾ ਥਾ, ਥਰੈਡਿੰਗ ਵਗੈਰਾ ਕਰਵਾਉਣੀ ਥੀ ਮੰਮਾ ਨੇ, ਤੋ ਵੀ ਆਰ ਵੇਟਿੰਗ ਆਫ ਹਰ। ਔਰ ਉਸਕੇ ਬਾਅਦ ਕਹਾਂ ਜਾਏਂਗੇ? 3B1 ਮੋਹਾਲੀ, ਉੱਥੇ ਮੰਨਤ ਦੀ ਚੁੰਨੀ ਡਾਈ ਕਰਵਾਉਣੀ ਹੈ, ਚੁੰਨੀ ਡਾਈ ਕਰਾ ਕੇ ਫਿਰ ਅਸੀਂ ਜਾਣਾ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਤੋਂ ਵਾਪਸੀ ਅਸੀਂ ਫਿਰ 3B1 ਆਉਂਗੇ ਚੁੰਨੀ ਲੈ ਕੇ, ਫਿਰ ਅਸੀਂ ਘਰ ਆਉਣਾ। ਔਰ ਉਸਕੇ ਬਾਅਦ ਵੈਸੇ ਤੋਂ ਅਭੀ ਤੱਕ ਪਲੈਨਿੰਗ ਇਹੀ ਹੈ ਅੱਜ ਕੀ, ਅਗਰ ਉਸਮੇ ਕੁਛ ਵੀ ਚੇਂਜਿੰਗ ਹੋਤੇ ਹੈ ਤੋ ਫਿਰ ਆਪਕੋ ਬਤਾਏਂਗੇ। ਸੋ ਸਟੇ ਟਿਊਨਡ ਗਾਈਜ਼। ਤੋ ਹਮ ਮਾਰਕੀਟ ਪਹੁੰਚ ਗਏ ਹੈ, ਅਬ ਸਬਸੇ ਬੜਾ ਮਿਸ਼ਨ ਇਹ ਹੈ, ਫਸਟ ਟਾਈਮ ਵਲੋਗਿੰਗ ਹੈ ਤੋ ਮਾਰਕੀਟ ਮੇਂ ਜਾ ਕੇ ਫੋਨ ਐਸੇ ਕਰਕੇ ਕੈਸੇ ਬੋਲਣਾ ਹੈ। ਅਭੀ ਅੰਦਰ ਜਾ ਕੇ ਦੇਖਤੇ ਹੈ ਕਿ ਐਸੇ ਹੱਥ ਰੱਖ ਕੇ ਵੀਡੀਓ ਬਣੇਗੀ ਕਿ ਨਹੀਂ ਬਣੇਗੀ। ਅਗਰ ਨਹੀਂ ਬਣੇਗੀ ਤੋ ਫਿਰ ਮੈਂ ਐਸੇ ਕਰਕੇ ਬਣਾ ਲੂੰਗੀ, ਥੋੜ੍ਹੀ ਸੀ ਮਤਲਬ ਸ਼ੋ ਕਰ ਦੂੰਗੀ, ਬਟ ਜ਼ਿਆਦਾ ਕੁਛ ਨਹੀਂ ਬੋਲ ਪਾਊਂਗੀ ਵਹਾਂ ਪੇ ਮਾਰਕੀਟ ਮੇਂ ਜਾ ਕੇ, ਕਿਉਂਕਿ ਫਸਟ ਟਾਈਮ ਹੈ। ਸੈਕਿੰਡ ਵਲੋਗ ਸ਼ਾਇਦ ਇਸ ਸੇ ਅੱਛਾ ਹੋ, ਬਟ ਆਈ ਵਿਲ ਟ੍ਰਾਈ ਮਾਈ ਬੈਸਟ ਕਿ ਇਹ ਵੀ ਅੱਛਾ ਹੋ, ਆਪ ਲੋਕ ਅੱਛਾ। ਲਓ ਜੀ, ਅਸੀਂ ਪਹੁੰਚ ਗਏ ਹਾਂ 3B1, ਮੰਨਤ ਦਾ ਚੁੰਨੀ ਡਾਈ ਕਰਾਉਣੀ ਸੀ, ਜਿਹੜੀ ਚੁੰਨੀ ਡਾਈ ਕਰਾ ਕੇ ਮੰਨਤ ਦੀ ਉਹਤੇ ਬਾਅਦ ਫਿਰ ਜਾਣਾ ਕਿ ਅਸੀਂ ਗੁਰਦੁਆਰਾ ਸਾਹਿਬ। ਚੁੰਨੀ ਡਾਈ ਵਾਲੇ ਤਾਂ ਹੋਰ ਵੀ ਬਹੁਤ ਸੀਗੇ, ਪਰ ਮੰਨਤ ਕਹਿੰਦੀ ਮੈਂ ਚੁੰਨੀ ਡਾਈ 3B1 'ਚ ਹੀ ਕਰਾਉਣੀ ਹੈ। ਬੰਦਾ ਜਿਹੜਾ ਚੁੰਨੀ ਡਾਈ ਕਰਦਾ ਹੈ, ਚੁੰਨੀ ਡਾਈ ਬਹੁਤ ਅਲਟੀਮੇਟ ਕਰਦਾ ਚੁੰਨੀ, ਪਰ ਜੋ ਰੰਗ ਤੁਸੀਂ ਕਰਾਉਣਾ ਸੇਮ ਡਿਟੋ ਉਹੀ ਕਰਦਾ। ਅਸੀਂ ਖੜ੍ਹੇ ਹਾਂ 3B1 ਗੁਰਦੁਆਰੇ ਦੇ ਨਾਲ, ਔਰ ਇੱਕ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਹਾਂ, ਜਿਹੜੇ ਲੋਕ ਸਾਗ ਘਰ 'ਚ ਲਿਆ ਕੇ ਕੱਟ ਨਹੀਂ ਸਕਦੇ, ਸਾਗ ਬਣਾਉਣ 'ਚ ਉਹਨਾਂ ਨੂੰ ਦਿੱਕਤ ਆਉਂਦੀ ਹੈ, ਇੱਕ ਉਰੇ ਅੰਕਲ ਜੀ ਆ, ਉਰੇ ਸਾਗ ਉਹ ਕੱਟ ਕੇ ਦਿੰਦੇ ਆ, ਬਹੁਤ ਵਧੀਆ ਸਾਗ ਆ, ਵਧੀਆ ਸਾਗ ਹੁੰਦਾ ਮੋਟੀਆਂ ਗੰਦਲਾਂ ਵਾਲਾ, ਅਤੇ ਉਹ ਕੱਟ ਕੇ ਸਾਗ ਦਿੰਦੇ ਆ। ਤਾਂ ਗਾਈਜ਼, ਹਮ ਡਾਈ ਵਾਲੇ ਪਾਸ ਪਹੁੰਚ ਗਏ ਹੈ, ਉਨਕੋ ਹਮਨੇ ਚੁੰਨੀ ਦੀ ਹੈ, ਜੋ ਇਹ ਚੁੰਨੀ ਹੈ ਨਾ, ਇਸਕੋ ਹਮਨੇ ਮਤਲਬ ਦੂਸਰੇ ਹੱਥ ਕੇ ਹੱਥ ਮੇ ਕੱਪੜਾ ਹੈ ਨਾ, ਉਸ ਕਲਰ ਕਾ ਕਰਨਾ, ਉਸ ਕਲਰ ਕੀ ਨਾ ਮੇਰੀ ਸਲਵਾਰ ਹੈ, ਤੋ ਮਤਲਬ ਉਸਕੇ ਸਾਥ ਵੋ ਅੱਛਾ ਲੱਗੇਗਾ। ਤੋ ਮਤਲਬ ਜੋ ਮੇਰਾ ਪੂਰਾ ਸੂਟ ਹੈ ਵੋ ਮੇਰਾ ਇੱਕ ਓਕੇਸ਼ਨ ਹੈ, ਤੋ ਉਸਕੀ ਮੈਂ ਵਲੋਗਿੰਗ ਕਰੂੰਗੀ, ਸ਼ੂਟ ਕਰੂੰਗੀ, ਔਰ ਆਪ ਲੋਕੋ ਕੋ ਦਿਖਾਉਂਗੀ ਮਤਲਬ ਕਿ ਵੋ ਕਿਸ ਲਈ ਮੈਂ ਮਤਲਬ ਕਿ ਸੂਟ ਬਣਵਾ ਰਹੀ ਹੂੰ। ਤੋ ਅਭੀ ਤੋ ਫਿਲਹਾਲ ਡਾਈ ਕਲੇ ਦੀ ਹੈ, ਹਮ ਗੁਰਦੁਆਰਾ ਸਾਹਿਬ ਜਾ ਕੇ ਖਾਂਗੇ, ਤੋ ਹਮ ਅਬ ਗੁਰਦੁਆਰਾ ਸਾਹਿਬ ਜਾਏਂਗੇ, ਉਸਕੇ ਬਾਅਦ ਜਬ ਤੱਕ ਚੁੰਨੀ ਸੂਖ ਜਾਏਗੀ ਆਈ ਗੈਸ, ਤੋ ਫਿਰ ਯਹਾਂ ਸੇ ਲੈ ਲੇਂਗੇ। ਅਬ ਅੰਕਲ ਸੇਮ ਚੁੰਨੀ ਕਾ ਕਲਰ ਕਰ ਦੇ ਨਾ, ਸੇਮ ਡਿਟੋ। ਚਲੋ ਅਬ ਆਗੇ ਚਲਤੇ ਹੈ, ਫਿਰ ਦੇਖਦੇ। ਅਬ ਮੰਮਾ ਨੇ ਲੈਣਾ ਸੂਟ, ਤੋ ਦੇਖਤੇ ਹੈ ਮੰਮਾ ਕੋ ਕਿਆ ਪਸੰਦ ਆਤਾ, ਮੰਮਾ ਕਾ ਅਭੀ ਵੀ ਪਲੈਨ ਬਣਾ ਸੂਟ ਲੈਣੇ ਕਾ, ਕੋਈ ਪਲੈਨ ਥਾ ਨਹੀਂ ਫਿਲਹਾਲ। ਤੋ ਅਬ ਹਮ ਦੇਖਤੇ ਹੈ ਕਿਆ ਪਸੰਦ ਆਤਾ ਹੈ ਕਿਆ ਨਹੀਂ, ਫਿਰ ਉਸਕੇ ਅਕੋਰਡਿੰਗਲੀ ਲੈਤੇ ਹੈ ਕਿਆ ਲੈਣਾ ਮੰਮਾ ਨੇ। ਉਸਕੋ ਨਾ ਪਾ ਪੜ ਰਹਿਣਾ ਹੋ ਗਿਆ ਸੀ, ਕਿ ਹੋ ਰਿਹਾ ਹੋ ਜਲਾ ਹੈ ਵੀ ਨਹੀਂ ਨਾਰਮਲ ਹੀ ਚਾਹੀਦਾ। ਫਾਈਨਲੀ ਮੰਮਾ ਨੇ ਸੂਟ ਲੈ ਲਿਆ ਹੈ, ਸ਼ੋਪ ਤੋਂ ਮੈਂ ਵੋਹੀ ਸੀ ਉਸੇ ਸੇ ਲੈਤੇ ਹੈ, ਬਟ ਪਸੰਦ ਕਰਨੇ ਮੈਂ ਇਤਨਾ ਜ਼ਿਆਦਾ ਟਾਈਮ ਵੇਸਟ ਕਰ ਦਿਆ ਹਮਾਰਾ, ਉੱਪਰ ਸਾਹਿਬ ਬਾਰਗਿੰਗ ਕਰਕੇ ਆਏ ਹੈ। ਔਰ ਜੋ ਸੂਟ ਹਮਨੇ ਲਿਆ ਹੈ ਵੋ ਆਪਕੋ ਹਮ ਦਿਖਾਏਂਗੇ, ਦੇਖਤੀ ਹੂੰ ਮੈਂ, ਅਭੀ ਗਾੜੀ ਬੈਠ ਕੇ ਦਿਖਾਤੀ ਹੂੰ ਮੈਂ ਆਪ ਲੋਗੋਂ। गाइस, जो जिसको चुन्नी दी थी उनसे चुन्नी अब लेके चलते हैं, क्योंकि यहाँ पे टाइम वेस्ट हो गया, नहीं तो हमने तो सोचा था भी अभी व्लॉगिंग के चक्कर में। हाँ, तो मैं क्या कह रही थी, मैं कह रही थी कि गुरुद्वारा साहब बोला मैंने, मैं क्या गुरुद्वारा साहब जाना था हमने, उसके बाद हमने चुन्नी लेनी थी, बट यहाँ पर मम्मा का प्लान बन गया कि मम्मा ने सूट लेना है, तो अब सूट लिया तो फिर टाइम वेस्ट हो गया, यहाँ पर वेस्ट नहीं कर सकते सूट लिया मम्मा ने। तो अब देखते हैं, अगर उन्होंने कर दी हुई डाई फिर हम वहाँ से चुन्नी ले लेंगे और फिर गुरुद्वारा साहब चलेंगे, बाकी देखते हैं अभी क्या कर। सो मैं कहाँ थी, हाँ तो हम देखते हैं क्या होता है। सो अभी लारी के पास चलते हैं,
किसके पास? ललारिया के पास। अरे मेरी पंजाबी कमजोर है गाइस, मैं पंजाबी सीख रही हूँ। चुन्नी थी वो कलर हो गई है, तो अभी हम देखते हैं। नहीं देखते नहीं, अभी तो हमने गुर्जर साहब जाना है, तो अभी वो गिल्ली थी वैसे। मैं ललारी बन के स्काई है एंड मी, मैंने भी। अभी हम जा रहे हैं, तो मेरी चुन्नी डाई हो गई। तो मैंने आपको कलर दिखाना था उस चुन्नी का, जो मैंने आपको पहले दिखा दिया था ना अंकल के हाथ में जो कपड़ा दिया था छोटा सा, उसके कलर की क्रांति। और अंकल, इसीलिए हम यहाँ पे आते हैं क्योंकि अंकल सेम डिटो सेम कर देते हैं। और ये मतलब उन्होंने कलर करा, और ये कलर इतना मतलब कि सेम परफेक्ट हो गया, उसके सेम लग रहा है अभी। बट ये गिल्ली है, इतनी गिल्ली नहीं है, इसलिए पैकेट में डाल लिया। घर पे जाके इसको सुखा लेंगे थोड़ी बहुत ही, बट पापा और मैंने इसको झटक झटक के सुखा ही लिया था ऑलमोस्ट थोड़ा बहुत था, तो 20% रह गई कि घर पे जाके सुखा लेंगे। लो जी, हूँ असं पहुँच गए गुरुद्वारा साहिब, तो अंदर जाके थानू दर्शन कराते हैं। ज़्यादा दर्शन नहीं करा सकते अंदर, जिन्ना को हो सके उन्ना को थानू असं दर्शन करावे अंदर दे। रिलीजियस प्लेस है ना, क्योंकि तो वीडियो बनानी अंदर मना है, इस करके जिन्ना हो सके बाद तो बाद असी थोनू दिखावांगे। सो हम पहुंच गए हैं गुरुद्वारा साहिब, तो अभी मैं अपना मैं अपनी चुन्नी लेके आई, मैं चुन्नी भूल गई, अब मैं चुन्नी यहाँ से लेती हूँ। अभी हम जोड़ा घर जा रहे हैं, पहला कराऊंगे सी जोड़े अपने उरे जमा, ते फिर आगे जाके थोनू दिखाउने हैं, कराउने हैं दर्शन कराते हैं। पहला जोड़े घर जोड़ा जमा करा के मन्नत दे सिर नू कवर करते हैं। लो जी, हम असी पहुंच गया करे, ते अब हम गुरुद्वारा साहब जाके दर्शन करके आए हैं। तो जब हम घर आए ना, हमारा एक पार्सल आया हुआ था मेरा, मैंने दो तीन चीज़ें मंगवाई थी, देखते हैं इसके अंदर क्या है। तो स्टे ट्यून्ड, अब आपको मैं खोल के इसको दिखाती हूँ इसके अंदर से क्या निकला, बाकी देखते हैं। गाइस आज के लिए इतना ही, तो अब मैं ये वाली वीडियो एंड करने लगी हूँ। तो आज जो मेरा सारा दिन गया वो मैंने आपके साथ शेयर करा, और ये मेरा फर्स्ट व्लॉग था, तो मैंने अपनी बेस्ट करा है। तो आप लोग अभी इसको सपोर्ट करना, तो इससे हम आगे और अच्छे व्लॉग्स लेके आएंगे। और सब्सक्राइब, शेयर, कमेंट, लाइक ज़रूर करना, एंड अगर आप लोग सपोर्ट करोगे तो ही मतलब मैं और ज़्यादा बूस्ट अप होऊंगी और अच्छे व्लॉग्स आएंगे। फर्स्ट व्लॉग था, तो शायद फर्स्ट व्लॉग के मतलब कि जैसा फर्स्ट व्लॉग होना चाहिए मेरे हिसाब से, मैंने उससे ज़्यादा ही वेल एंड गुड करा है। बाकी आप लोग होप सो प्यार देंगे, बाकी थैंक यू।